ਬਾਬਰ ਉਸਤਾਦ ਅੱਲਾਹ ਪਾਕ ਨੇ ਜਿੱਡੀ ਸਿਹਤ ਦਿੱਤੀ ਉਹਦੀ ਆਵਾਜ਼ ਵੀ ਦਿੱਤੀ ਹੈ ਮੈਨੂੰ ਹੋਰ ਨਾਲ ਸਾਰੀ ਲੋਕ ਇਹ ਬਹੁਤ ਵੱਡੀ ਗੱਲ ਹੈ ਇਹ ਲੁਕਾਉਣਾ ਨਹੀਂ ਚਾਹੀਦਾ ਗਾਣਾ ਐਸੀ ਚੀਜ਼ ਹੈ ਜਿਹੜਾ ਬੰਦਾ ਲੁਕੋ ਲੈਂਦਾ ਫਿਰ ਇਹ ਕੰਮ ਲੁਕਾਉਣਾ ਨਹੀਂ ਚਾਹੀਦਾ ਬੇਸ਼ੱਕ ਮਰਜ਼ੇ ਬੰਦਾ ਪਰ ਇਹ ਗਾਣਾ ਜਿਹੜਾ ਆਪਣੇ ਘਰਾਣੇ ਦਾ ਗਾਣਾ ਇਹ ਏਦਾਂ ਦੀ ਹੈ ਫਿਰ ਇਹਨੂੰ ਐਂ ਨਹੀਂ ਪਤਾ ਲੱਗਦਾ ਕਿ ਮੇਰਾ ਬਲੱਡ ਵਧਿਆ ਜਾਂ ਕੀ ਹੋਇਆ ਤੇ ਫਿਰ ਲਾ ਦੇਣਾ ਜਿਹੜਾ ਲਾਉਣਾ ਚਾਹੀਦਾ ਗੁਲਾਮ ਹੁਸੈਨ ਜੀ ਸਾਡੇ ਗੁਰਜਨ ਸਾਰੇ ਬਹੁਤ ਸੀਨੀਅਰ ਨੇ ਮੈਥੋਂ ਬਹੁਤ ਅੱਛਾ ਗਾ ਰਹੇ ਹੋ ਸਾਰੇ ਤੇ ਮੈਨੂੰ ਡੇਂਗੂ ਹੋ ਗਿਆ ਇਸ ਕਰਕੇ ਕਬੂਲ ਕਰਨਾ ਪੂਜਨ ਮੁੱਕ ਗਈ ਮੇਰੇ ਦਾਦੂ ਜਨਾਬ ਉਸਤਾਦ ਸ਼ੇਰ ਅਲੀ ਮੇਰਾ ਅਲੀ ਖਾਨ ਸਾਹਿਬ ਉਹਨਾਂ ਦਾ ਗੁਲਾਮ ਮੇਰਾ ਕਬੂਲ ਦਾਦਾ ਜੀ ਉਹ ਸ਼ਬਦ ਨੂੰ ਬਹੁਤ ਪਿਆਰ ਦਿੰਦੇ ਆ ਔਰ ਫੀਲ ਬਹੁਤ ਜ਼ਰੂਰੀ ਹੈ ਗਾਣੇ ਵਿੱਚ
ਮਿੰਤਣਾ ਬਣਾਉਣਾ ਫਿਰ ਨਹੀਂ ਮੰਗਦਾ ਸਜਣਾ
ਸਾਡੇ ਭਾਜੀ ਲਈ ਸਪੈਸ਼ਲ ਪਹਿਰਾ ਹੈ।
ਤੇਰੀ ਕੰਪੋਜ ਤੇਰੀ ਜੁਦਾਈ ਇਹਦੇ ਮੈਂ ਆਪ ਇਸੇ ਰੰਗ ਵਿੱਚ ਕੀਤੀ ਹੈ ਤੇਰੀ ਜੁਦਾਈ ਕਿਸੇ ਨੇ ਸੱਚੀ ਮੁਹੱਬਤ ਕੀਤੀ ਹੁੰਦੀ ਉਹਨੂੰ ਪਤਾ ਕਿ ਜੁਦਾਈ ਸ਼ਬਦ ਕੀ ਹੈ। ਸਕਲ ਸਾਹਿਬ ਨੂੰ ਮੁਹੱਬਤ ਕਰਨ ਵਾਲੇ ਬੜੇ ਨੇ ਪਰ ਕਈ ਏਦਾਂ ਦੀ ਮੁਹੱਬਤ ਕਰਦੇ ਹੁੰਦੇ ਆ ਕਿ ਮੈਂ ਉਹਨਾਂ ਦਾ ਦਿਲ ਬੁੱਝਿਆ ਜਾਣਦਾ ਜਿਹੜੇ ਬੈਠੇ ਹੋਣਗੇ ਵਿੱਚ ਜਿਹੜੇ ਸਕਲ ਸਾਹਿਬ ਨੂੰ ਇੱਥੋਂ ਪਿਆਰ ਕਰਨ ਵਾਲੇ। ਕਈ ਗਾਣੇ ਨੂੰ ਪਿਆਰ ਕਰਦੇ, ਕਈ ਸੀਰਤ ਨੂੰ ਪਿਆਰ ਕਰਦੇ ਆ। ਕਈਆਂ ਦੀ ਮੁਹੱਬਤ ਏਦਾਂ ਦੀ ਹੁੰਦੀ ਹੈ ਕਿ ਬਸ ਖਤਮ ਆ ਕਹਾਣੀ, ਮੇਰਾ ਯਾਰ ਤੁਰ ਗਿਆ, ਹੁਣ ਮੇਰਾ ਵੀ ਇੱਥੇ ਹੱਥ ਉਦਾਂ ਉਹਨਾਂ ਦੇ ਕੀ ਕਹਿਣਾ।
ਦਿਖਾ ਦੇ ਅੱਲਾ ਜਿਹੜੇ ਮਾਹੀ
ਤੇਰਾ ਪਿਆਰ ਕੀ ਹੈ ਦਿਲ ਦੀ ਦੱਸ ਨਹੀਂ।